You're listening to CNN Toronto, Chawla News Network Toronto. ਪਟੀ ਸਾਹਿਬ ਹਾਜ਼ਰ ਨੇ ਪਰ ਸਾਹਿਬ ਵੈਲਕਮ ਜੀ ਆਇਆਂ ਨੂੰ ਸਵਾਗਤ ਹੈ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਰਾਸ਼ਟਰੀ ਸੌਂਗ ਦੇ ਬਾਰੇ ਭਗਵੰਤ ਮਾਨ ਉਹਨਾਂ ਦਾ ਇੱਕ ਬਹੁਤ ਵੱਡਾ ਬਿਆਨ ਹੈ ਜਨ ਗਨ ਮਨ ਰਾਸ਼ਟਰੀ ਸੌਂਗ ਦੇ ਵਿੱਚ ਪੰਜਾਬ ਦਾ ਜ਼ਿਕਰ ਆਉਂਦਾ ਸਿੰਧ ਹਿਮਾਚਲ ਦਾ ਜ਼ਿਕਰ ਆਉਂਦਾ ਔਰ ਵੱਖ ਵੱਖ ਦੇਸ਼ਾਂ ਦੇ ਵੱਖ ਵੱਖ ਸੂਬਿਆਂ ਦਾ ਜ਼ਿਕਰ ਆਉਂਦਾ ਉਹਦੇ ਵਿੱਚ ਬਹੁਤ ਇੱਕ ਮਾਲਾ 'ਚ ਪਰੋਇਆ ਹੋਇਆ ਭਾਜਪਾ ਦਾ ਵਸ ਚੱਲੇ ਮੇਰਾ ਨਹੀਂ ਬਿਆਨ ਇਹ ਭਗਵੰਤ ਮਾਨ ਦਾ ਤਾਂ ਉਹ ਰਾਸ਼ਟਰੀ ਗਾਇਨ ਵਿੱਚੋਂ ਪੰਜਾਬ ਦਾ ਨਾਂ ਹੀ ਕੱਢ ਦੇਵੇ ਭਗਵੰਤ ਮਾਨ ਕਿਉਂ ਦੇਣਾ ਪਿਆ ਬਿਆਨ ਪਹਿਲੀ ਗੱਲ ਤੇ ਇਹ ਰਵਿੰਦਰਨਾਥ ਟੈਗੋਰ ਨੇ ਇੱਕ ਕਿਤਾਬ ਜਿਹੜੀ ਲਿਖੀ ਸੀ ਇਹ ਅੰਗਰੇਜ਼ਾਂ ਦੀ ਜਿਹੜੀ ਪੁਸਤਕ ਲਿਖੀ ਸੀ ਉਹਦੇ ਵਿੱਚੋਂ ਇਹ ਰਾਸ਼ਟਰੀ ਗਾਇਨ ਕੱਢਿਆ ਗਿਆ ਬਿਲਕੁਲ ਦੂਸਰੀ ਚੀਜ਼ ਭਗਵੰਤ ਮਾਨ ਨੇ ਬਿਲਕੁਲ ਦਰੁਸਤ ਕਿਹਾ ਇੱਥੇ ਜਿਹੜੀ ਕੇਂਦਰ ਆ ਉਹਦੇ ਕੋਲ ਆਪਣੇ ਸੋਰਸ ਕੋਈ ਨਹੀਂ ਉਹ ਸੂਬਿਆਂ ਦੇ ਸੋਰਸਾਂ ਦੀ ਵਰਤੋਂ ਕਰਕੇ ਆਪਣੀ ਸਰਕਾਰ ਚਲਾਉਂਦੇ ਆ ਤੇ GST ਵਗੈਰਾ ਜਿਹੜੇ ਸੂਬੇ ਨੇ ਇਕੱਠਾ ਉਹ ਕਰਦੇ ਆ ਤੇ ਸਾਂਭ ਉਹ ਲੈਂਦਾ ਸਾਂਭਣ ਤੋਂ ਬਾਅਦ ਫਿਰ ਮਰਜ਼ੀ ਨਾਲ ਬਕਾਇਦਾ ਤੌਰ ਤੇ ਦਿੱਤੇ ਜਾਂਦੇ ਆ ਜਦੋਂ GST ਦੀ ਲਾਗੂ ਕਰਨ ਦੀ ਗੱਲ ਚੱਲੀ ਤੇ ਮਨਪ੍ਰੀਤ ਸਿੰਘ ਬਾਦਲ ਨੇ ਬੜੀਆਂ ਸਿਫਤਾਂ ਕੀਤੀਆਂ ਛੱਡੀਆਂ ਬੜਾ ਫਾਇਦਾ ਹੋਏਗਾ ਬੜਾ ਲਾਭ ਹੋਏਗਾ ਇਹ ਗੱਲਾਂ ਜਿਹੜੀਆਂ ਉਸ ਜਗ੍ਹਾ ਤੇ ਹੁੰਦੀਆਂ ਜਿੱਥੇ ਦੇਵਤਿਆਂ ਵਰਗੇ ਲੋਕ ਵਸਦੇ ਹੁੰਦੇ ਆ ਜੇ ਤੇਰਮੇਰ ਕੋਈ ਨਹੀਂ ਹੁੰਦੀ ਤੇ ਜਿੱਥੇ ਤੇਰਮੇਰ ਨਹੀਂ ਹੈਗੀ ਤੇ ਆਪਾਂ ਵੱਧ ਤੋਂ ਵੱਧ ਜਿਹੜੀਆਂ ਨੌਨ BJP ਸਰਕਾਰਾਂ ਨੂੰ ਤੰਗ ਕਰਨਾ ਤੇ ਉੱਥੇ ਤੇ ਫਿਰ ਇਹਨਾਂ ਲਾਗੂ ਹੁੰਦੇ ਹੋ ਪਹਿਲਾਂ ਜੇ ਟੈਕਸ ਹੁੰਦਾ ਸੀ ਉਹ ਬਕਾਇਦਾ ਤੌਰ ਤੇ ਸਟੇਟ ਇਕੱਠੀ ਕਰਦੀ ਸੀ ਸਟੇਟ ਆਪਣੀ ਮਰਜ਼ੀ ਦਾ ਸੈਂਟਰ ਦਿੰਦੀ ਸੀ ਹੁਣ GST ਲਾਗੂ ਹੋਣ ਦੇ ਨਾਲ ਜਿਹੜਾ ਇਹ ਟੈਕਸ ਉਹਨਾਂ ਕੋਲ ਚੱਲ ਜਾਂਦਾ ਤੇ ਉਹ ਆਪਣੀ ਮਰਜ਼ੀ ਦਾ ਦਿੰਦੇ ਉਲਟ ਕੰਮ ਹੋ ਗਿਆ ਇਹਦੇ ਵਿੱਚ ਉਹਨੇ ਕਿਹਾ ਵੀ ਪੰਜਾਬ ਨਾਲ ਜਿਸ ਤਰੀਕੇ ਨਾਲ ਵਿਰਤਕਾ ਵਿਤਕਰਾ ਕੀਤਾ ਜਾਂਦਾ ਵਾ ਜਿਸ ਤਰ੍ਹਾਂ ਦੀ ਕੇਂਦਰ ਵੱਲੋਂ ਪੰਜਾਬ ਨੂੰ ਅੱਖੋਂ ਭੁੱਖੇ ਕੀਤਾ ਜਾ ਰਿਹਾ ਵਾ ਉਹ ਮੰਦਭਾਗਾ ਵਾ ਤੇ ਫਿਰ ਉਹਨਾਂ ਨੂੰ ਇੱਥੋਂ ਤੱਕ ਕਹਿਣਾ ਪਿਆ ਵੀ ਹਰ ਗੱਲ ਦੇ ਵਿੱਚ ਅਸੀਂ ਪੰਜਾਬ ਵਾਸਤੇ ਪੈਕੇਜ ਮੰਗਦੇ ਹਾਂ ਸਾਡੀ ਕੋਈ ਸੁਣਦਾ ਨਹੀਂ ਅਸੀਂ GST ਮੰਗਦੇ ਸਾਡੇ ਕੋਈ ਸੁਣਦਾ ਨਹੀਂ RDF ਸਾਡਾ ਬਕਾਇਆ ਪਿਆ ਅਸੀਂ ਮੰਗਦੇ ਸਾਨੂੰ ਦਿੰਦਾ ਕੋਈ ਨਹੀਂ ਤੇ ਫਿਰ ਦੁਖੀ ਹੋ ਕੇ ਭਗਵੰਤ ਮਾਨ ਨੇ ਇੰਨੀ ਗੱਲ ਕਹੀ ਆ ਕਿ ਭਾਈ ਜੇ ਕਿਤੇ ਭਾਜਪਾ ਦਾ ਵਸ ਚੱਲੇ ਤੇ ਉਹ ਰਾਸ਼ਟਰੀ ਗਾਇਨ ਤੋਂ ਪੰਜਾਬ ਨੂੰ ਵੀ ਕੱਢਦੇ ਲੇਕਿਨ ਮਾਨ ਸਾਹਿਬ ਉਹਦੇ ਵਿੱਚ ਸਭ ਤੋਂ ਪਹਿਲਾਂ ਨਾਂ ਪੰਜਾਬ ਦਾ ਆਉਂਦਾ ਬਾਕੀ ਸਟੇਟਾਂ ਦਾ ਬਾਅਦ ਚ ਆਉਂਦਾ ਬਿਲਕੁਲ ਇਸ ਕਰਕੇ ਪੰਜਾਬ ਦੀ ਆਪਣੀ ਮਹੱਤਤਾ ਤੁਸੀਂ ਦੁਖੀ ਹੋ ਤੁਸੀਂ ਕਹੋਗੇ ਬਿਲਕੁਲ ਸਹੀ ਕਿਹਾ ਤੁਸੀਂ ਤੁਹਾਡੇ ਤੋਂ 100% ਸਹਿਮਤ ਅਸੀਂ ਹੈਗੇ ਲੇਕਿਨ ਇਹਦੇ ਵਾਸਤੇ ਸਾਰੇ ਸੂਬਿਆਂ ਦੀ ਸਰਕਾਰਾਂ ਨੂੰ ਨੌਨ BJP ਗੌਰਮੈਂਟ ਨੇ ਜੇ ਕਿਤੇ ਇਕੱਠੇ ਹੋ ਕੇ ਇੱਕ ਮੋਰਚਾ ਖੋਲਦੇ ਨੇ ਸਰਕਾਰ ਦੇ ਖਿਲਾਫ ਤੇ ਕੇਂਦਰ ਸਰਕਾਰ ਹੱਥ ਜੋੜ ਕੇ ਸਭ ਕੁਝ ਦੇਣ ਲਈ ਤਿਆਰ ਹੋਜੂਗੀ ਬਿਲਕੁਲ ਲੇਕਿਨ ਇੱਥੇ ਆਪੋ ਧਾਪੀ ਪਈ ਆ ਵੀ ਮੈਨੂੰ ਮਿਲ ਗਿਆ ਤੇ ਮੈਂ ਕਿਉਂ ਬੋਲਾਂ ਬਿਲਕੁਲ ਉਹ ਕਹਿੰਦਾ ਮੈਨੂੰ ਮਿਲ ਗਿਆ ਤੇ ਮੈਂ ਕਿਉਂ ਬੋਲਾਂ ਬਿਲਕੁਲ ਚਾਵਲਾ ਸਾਹਿਬ ਬਕਾਇਦਾ ਤੌਰ ਤੇ ਜਦੋਂ ਵੱਧ ਅਧਿਕਾਰਾਂ ਦੀ ਗੱਲ ਚੱਲੀ ਸੀ ਤੇ ਸਭ ਤੋਂ ਪਹਿਲਾਂ ਅਕਾਲੀਆਂ ਨੇ ਸ਼ੁਰੂ ਕੀਤੀ ਸੀ ਵੀ ਰਾਜਾਂ ਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਕੀ ਕਿਹਾ ਗਿਆ ਇਹ ਦੇਸ਼ ਤੋਂ ਪੰਜਾਬ ਨੂੰ ਵੱਖ ਕਰਨਾ ਚਾਹੁੰਦੇ ਬਿਲਕੁਲ ਇਹ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਗੱਲਾਂ ਹੋਈਆਂ ਸੀ ਨਾ ਬਿਲਕੁਲ ਬੜਾ ਕੁਝ ਹੋਇਆ 1997 ਦੇ ਵਿੱਚ ਬਕਾਇਦਾ ਤੌਰ ਤੇ ਜਦੋਂ ਅਕਾਲੀ ਸਰਕਾਰ ਬਣਦੀ ਹੈ ਤੇ ਪੱਤਰਕਾਰਾਂ ਨੇ ਪੁੱਛਿਆ ਬਾਦਲ ਸਾਹਿਬ ਨੂੰ ਬਾਦਲ ਸਾਹਿਬ ਕੀ ਵੱਧ ਅਧਿਕਾਰਾਂ ਦੀ ਮੰਗ ਕਰਦੇ ਹੋ ਕਹਿੰਦੇ ਬਿਲਕੁਲ ਕਹਿੰਦੇ ਅਸੀਂ ਕਿਉਂ ਕਰੀਏ ਅਸੀਂ ਤੇ ਇੰਨਾ ਸੰਤਾਪ ਹੰਡਾਇਆ ਤੁਹਾਡੇ ਸਾਹਮਣੇ ਹੀ ਆ ਸਾਡੀ ਕਿਸੇ ਮਦਦ ਨਹੀਂ ਕੀਤੀ ਹੁਣ ਵੱਧ ਅਧਿਕਾਰਾਂ ਦੀ ਜਿਹੜੀ ਮੰਗ ਉਹ ਦੂਜੇ ਸੂਬੇ ਕਰਨ ਅਸੀਂ ਪਿੱਛੇ ਲੱਗਾਂਗੇ ਅੱਗੇ ਨਹੀਂ ਲੱਗਾਂਗੇ ਇਸ ਕਰਕੇ ਅੱਜ ਹਰ ਸੂਬਾ ਵੱਧ ਅਧਿਕਾਰਾਂ ਦੀ ਗੱਲ ਕਰਦਾ ਵਾ ਇਕੱਲਾ ਪੰਜਾਬ ਨਹੀਂ ਪੰਜਾਬ ਨੇ ਛੱਡ ਦਿੱਤੀ ਮੰਗ ਉਹ ਆਪਾਂ ਕਰਨੀ ਨਹੀਂ ਕੋਈ ਗੱਲ ਜਿੱਦਾਂ ਚੱਲਦਾ ਚੱਲਾਈ ਜਾ ਕੋਈ ਗੱਲ ਨਹੀਂ ਇਸ ਕਰਕੇ ਮਾਨ ਸਾਹਿਬ ਦੀ ਗੱਲ ਬਿਲਕੁਲ ਠੀਕ ਆ ਵੀ ਜੇ ਉਹਨਾਂ ਦਾ ਵਸ ਚੱਲੇ ਤੇ ਰਾਸ਼ਟਰੀ ਗਾਇਨ ਹੀ ਬਦਲ ਦੇਣ ਵਿੱਚੋਂ ਪੰਜਾਬ ਦਾ ਨਾਂ ਹੀ ਕੱਢ ਦੇਣ ਤਿਆਰੀ ਹੈ ਮਾਨ ਸਾਹਿਬ ਰਾਸ਼ਟਰੀ ਗਾਇਨ ਬਦਲਣ ਦੀ ਤਿਆਰੀ ਆ ਜੇ ਕਿਤੇ ਇੱਕ ਵਾਰੀ ਸਰਕਾਰ ਬਣ ਗਈ ਤੇ ਡਿਕਟੇਟਰਸ਼ਿਪ ਹੋ ਗਈ ਤੇ ਫਿਰ ਆਟੋਮੈਟਿਕਲੀ ਸੰਵਿਧਾਨ ਵੀ ਬਦਲੂਗਾ ਤੇ ਇਹ ਰਾਸ਼ਟਰੀ ਗਾਇਨ ਵੀ ਬਦਲੂਗਾ ਬਿਲਕੁਲ 905-813-1320-905-813-1300-1320 ਮਾਇਨੇ ਬੜੇ ਵੱਡੇ ਨੇ ਭਗਵੰਤ ਮਾਨ ਹੋਣਾ ਦੇ ਇਸ ਬਿਆਨ ਦੇ ਕਿ ਚਲੋ GST ਦੀ ਗੱਲ ਤਾਂ ਵੱਖਰੀ ਆ ਉਦੋਂ ਮਨਪ੍ਰੀਤ ਹੋਣਾ ਦੇ ਬਿਆਨ ਵੀ ਪੜ੍ਹਦੇ ਰਹੇ ਹਾਂ ਬੜਾ ਕੁਝ ਹੁੰਦਾ ਰਿਹਾ
और यही विरोध करने वाली सी पार्टी, यही लागू करने वाली। पहली बार, बिल्कुल पहली बार है जी जिहड़ा साडा विधानसभा दा सैशन बड़ा स्मूथली चलिया जी। नहीं तो हमेशा ही यो जी वड्डी गल कर देंदे सी ते जिहड़े कांग्रेस वाले सी बाइकट करके भज जांदे सी। पहली बार स्मूथली चलिया वा कि मान साहब हासे ठिठी गल्लां करदे रहे, उन्हां नूं बाजवा साहब कह के, राजा वड़िंग साहब कह कह के बुला के, ते बड़े तरीके ते सलीके नाल चलिया। इथों तक क्या कि वेखो जी, मैं मान साहब बाजवा साहब की बहुत इज्जत करदा, बाजवा साहब बहुत स्याणे ने, बहुत सोहणे लगदे ने, कि उन्हां उत्ते कैमरा मारा गया सी। जे कैमरा मारा गया तो शान साडे हाउस की वधूगी। तो स्पीकर साहब ने कहा, मान साहब गल तो सीएम साहब ठीक है ताड़ी, भी बाजवा साहब जी बड़ी तरीफा की, तुम कोट नवा पाया भी बड़ा सोहना वा, ये तरीफ ना नहीं की थी गल। ब्रांडेड कोट है जी, ब्रांडेड कोट है, मतलब मान साहब फिल्मों के भी काम कर चुके ने, कोट कित संपल जहा थोड़ी है, प्रिंटेड कित आम बंद थोड़ी मिल जाता प्रिंट। 905-813 जचदा जी सोना पग के नाल, 905-813-132-0905-813-1300। अच्छा दिल्ली चलते हैं, संजय सिंह होना दी इन्हां दी पार्टी दे जिहड़ा वा कारकुन वड्डा, जिन्हें पंजाब दे विच बड़ा कुछ किया। हाँ जी, जो भगवंत मान होनी सरकार नहीं सी बना सके, टंस बड़े कसे सी संजय सिंह ने, याद होगा तुहानू। संजय सिंह की जमानत अर्जी नूं लैके ईडी नूं नोटिस किया अदालत ने जारी, की कहना चाहोगे? पहला कॉल लै लईए एक। हेलो जी, पंचायत काम कर रहे थे, पंचायत ने मता पा के किया, पंचायत के पैसे कोई किसी का पैसा नहीं, उन्होंने हुक्म भेजता भी तुसी नहीं कर सकते काम। दयालपुर अकालिया का राज सीगा, ते ओ जिहड़े मतलब एक महले मंडे हुंदे, एक महले दे विच जिहड़ा काम रुकिया पिया सी, पानी घरां नहीं जांदा सी, ते साडे पत्रकार पहुंच गए उत्थे, ते अकालिया ने जो कुछ किया सी बीबी ना अमन नाल, ओ सानू याद है। ये भाई जिहदा राज हुंदा ना, उहदियां अक्खां दे पट्टियां बज ही जांदियां ने। भगवंत मान उहनां दे बारे गल कीती है, तुसीं मान सरकार बारे पट्टी साहब की कहना चाहोगे? नहीं, बिल्कुल ठीक, मैं गल कहूंगी, भगवंत मान साहब दे ऑर्डर नहीं होणगे, ये मैं दावे ते कह सकदा बिल्कुल, क्योंकि भगवंत मान दे थले बहुत कुछ हुंदा वा। बिल्कुल, जिहड़ी सतनाम सिंह दौ ने गल कही सी ना, गल बिल्कुल ठीक कही सी उहने, उन्हें कहा कि भगवंत मान ड्राइवर से बहुत वधिया, लेकिन उनकी कार के जिहड़े पुर्जे ने वो गले सड़े, जिस करके गड्डी सही तरीके से लीह नहीं चलती। इस करके मैं ये गल कहूंगा भी भगवंत मान साहब के कोई आदेश नहीं होणगे, ये थले वाले ही आ। मैं ये भी दस दिया, बंगाल के विचों उतों जिहड़े सी कम्युनिस्टां दा पट्ठा क्यों बैठा सीगा, इस करके बैठा, वो कहिंदे सी कोई भी उद्घाटन करना असीं करांगे, कोई भी कर्म करना शुरू असी करांगे, फीता साडा लगूगा ना साडा लगूगा, ते मुड़के हालात की होए सी, एहो जी पटकड़ी मारी मुड़के लभे ही नहीं किथे किथे नहीं, जे इदां गल हो ते हालात जिहड़े ना फिर वो बंगाल दे याद रखण जिहड़े इदां करदे ने। बिल्कुल बिल्कुल जी, साडे जिन्ने इस वक्त सानू सुन रहे ने सैलफोन दे उत्ते डायल करके 647-367-13 भी अपनी कारां दे विच ब्लूटूथ ऑन करके सैकड़े परिवार ने मैं देख रहा 641-741-1919 तुहानूं नाल बहुत ज़्यादा प्यार है, लव यू ऑल। कल मैं तुहाडा इंतजार करदा रहा, मैं कहा सी कि नंबर डायल ना करियो 641-647-367-1300 नंबर डायल करो 905-338-1300 भावें एक डायल ही प्लज दे दियो, साडा दिल जहा लगा रहे, सानू सलाह मशुरा दिंदे रहो। इस वक्त मैं एक गल कही सी, पर सैकड़े मैं वेख रहा इस वक्त तुसी जुड़ियो, कल तादाद घट सी, अज तादाद ज़्यादा। कल बाबे नानक की गल कर रहे सापा, अज दुनियावी गल कर रहे हैं, जगत नूं तारन वाले बाबे नानक के नाँ के उत्ते असी कल झोली अड्डे सी, तुहाडे विचों जिन्हां ने फुल पाया गुलदस्ता पाया बहुत बहुत मेहरबानी, धन्नवाद, शिकवा कोई नहीं, पर इस वक्त सैकड़े हो तुसी, कल इस वक्त तादाद घट सी, जां ते फिर तुसी फोन कॉल करदे सी, ते जां फिर तुसी किसे दा भी चलो ठीक है अज्ज दा डोनेशन दा काम आ, सारा दिन अज्ज की डायल करन दी लोड़ है, पर
पर असी तुहानू मिस कीता बहुत ज़्यादा, तो हो सकता कि तुसी सानू सोमवार नू मिस करो। मैं कल गल कीती सी क्योंकि कट्टा तांकड़ दा किले दे जोर उत्ते जे किसी प्रोग्राम नाल जुड़े होईए तो फिर जुड़े रहना चाहिए। हनेरियां चलदियां हुण, चक्कड़ चलदे हुण, लंघ जांदे ने, पर उहदा साथ देना बहुत, जो तो तवक्को रखते कोई चंगी गल हो फिर साथ देना भी बड़ा जरूरी है। क्यों पट्टी साहब? बिल्कुल जी बिल्कुल। मेरा अगला सवाल वॉइस ऑफ सिटी 1320 AM चावला न्यूज़ नैटवर्क टोरंटो दे विच अंतरराष्ट्रीय पद्धति जो असी गल करते हैं कि राष्ट्रीय अंतरराष्ट्रीय पद्धति गल करनी है, तो इजराइल की जी जंगबंदी चार दिन की सीगी आपसी इन्होंने जोड़े बंदी सी उन्हों का वटांदरा किया, एक सी खरे उन्होंने दस सके है ना, वो दो दिन का होर वादा किया गया। ये अमेरिका के राष्ट्रपति का भी बयान आया और जेडे इजराइल के प्रधानमंत्री वह कहें कि यह तो सिर्फ असं अपने बंदे छुड़ाने एक दूजे को, अपने ला लो सानू अपने दे दौ तो ठीक है ना, तुम साढ़े दे दौ तो सानू धड़ छड़ दें। बाद दे कहते भी छित्र पौला फेर करना आप, ये उन्हें कहा सी ज्यादा ना तुहानू अखबार के बयान उन्हों का छपया वा वर्बली उन्होंने कहा युद्ध फेर छुड़ सकता हुण खुल के नितरनगे नहीं नितरनगे हमास वाले की करते की नहीं करते। पर एलन मस्क भी ये मामले में आ गया कहता कि इन्हों का सफाया होना चाहिए, की कहना चाहोगे? कतर कतर एक छोटा जा कंट्री है, छोटा जा कंट्री, 40,000 साल पुराना कंट्री है। बल्ले 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 ओदी भूमिका इहदे विच बहुत ज्यादा है, कतर दी जंग बंदी कतर दी बहुत वड्डी भूमिका है। मोहम्मद उल कीना शनौदा जी ने बकायदा तौर ते जिहड़े 26/11 दी पूरी स्कीम बनाई सी ओह कतर दा सी। अज तक अमेरिका ने ओहदे खिलाफ कार्रवाई क्यों नहीं कीती कि जदों इराक दे उत्ते हमले किए गए सी ते उदों कतर दे जिहड़े जिहड़े सी अड्डे वरते गए सीगे, हवाई अड्डे वरते गए सी। इस करके जिहड़ा कतर आ उहने बड़ी भूमिका निभाई, उहदी अजे भी कोशिश आ कि इह जंगबंदी पक्के तौर ते हो जाए, लेकिन पक्के तौर पर तादी हो सकती है जे किते इंग्लैंड अमरीका जर्मनी फ्रांस ते कनेडा ये पांच कंट्री ने जिहड़े चाहुंदे कि हुण गाजा नूं समैश कर दिता जाए। जे ये जंगबंदी हुई है तो वह बाइडन के इशारियां ते हुई है, बाइडन ने कहा हाँ जंगबंदी होनी चाहिए, इस करके हुई है कि चलो बंदे ते छड़ाओ। हुण इत्थे विडंबना किस चीज़ की है, जिहड़े इजराइल वाले वह तो काले सी भी इत्थों निकल के असी जिहड़ी सी इजराइल जाइए, जिहड़े फिलिस्तीनी आजाइल ते बैठे उत्थे जाण नूं तैयार नहीं गे, सानू ना भेजो मारी जाना उत्थे करना ठीक जाके उत्थे। जिस तरीके इजराइल ने अटैक किए स्कूलों के किए आ, कॉलेजों के किए आ, यूनीवर्सिटियां के किए आ, जिस तरीके हॉस्पिटल के किए आ, वह कोई मानवता की गल नहीं। जे किते आ पांच कंट्री इहदे पिछे इजराइल दे ना आउंदे ते इहना सब तो वध ढोल पा के पिटणा सी भी मनुखी घरां दी लंघणा हो रही। बिल्कुल 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 नहीं, पर देखो गल सुनो इहदे विच आ साडे कनेडियन प्रधानमंत्री जस्टिन ट्रूडो साहब ने हा दा नारा मारिया कि जिहड़े फलस्तीनी आम लोग मारे जा रहे ने उत्थे, हालांकि उहदा विरोध होया, विरोध होया, उहनूं मसाला ला के पेश कीता गया, पर नरम दिल कनेडियन प्रधानमंत्री ने यह गल कही है कि जिहड़े फलस्तीन दे विच फलस्तीनी गाजा पट्टी दे विच जिहड़े निर्दोष लोग मारे जा रहे ने उन्हां दा की कसूर आ, यह गल कही है उन्होंने दबी सुर दे विच नहीं कही, खुल के कही। मैं गल कहिंदा वा इह गल ते अमेरिका भी कहिंदा वा, लेकिन करदे कुछ नहीं जी, जां तो उहनूं बचाउण लई कोई उपराला करो फिर ते गल बण जांदी है ना। बिल्कुल सही गल, कहिंदे बयान देण तां कुछ बणदा नहीं। कॉल लै लईए आपां इक। लो 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 लो। हेलो, हां जी वाहिगुरु जी का फतेह। खालसा जी आ गए की पंजाब दे लोक अपने हाथ विच साइन बोर्ड फड़नगे के केजरीवाल पंजाब दा खजाना लुटना बंद करे, ये दस्सो कोई प्रूफ सबूत आ फिर पंजाबी नूं चाहिए। खालसा जी तुसी केड़ी दुनिया च फिरदे हो, अज असी आराम प्रस्त हो चुके हैं, जो मर्जी हो जाए असी कहने भगत सिंह जमे ते गुआंढिया दे घर जमे,
ਜਿੰਨਾ ਚਿਰ ਸਾਡੇ ਚ ਇਹ ਭਾਵਨਾ ਰਹੇਗੀ ਉਹਨਾਂ ਚਿਰ ਕਿਸੇ ਲੈ ਕੇ ਤਖਤੀ ਲੈ ਕੇ ਨੀ ਚੁੱਕਣਾ, ਉਹ ਦੂਜੇ ਨੂੰ ਤੂੰ ਚੱਲ ਤੂੰ ਚੱਲ ਤੇਰੇ ਪਿੱਛੇ ਮੈਂ ਹੋਊ। ਜਦੋਂ ਇਹ ਗੱਲ ਬਣ ਗਈ ਨਹੀਂ ਬਈ ਆਪਾਂ ਸਭ ਕੁਛ ਕਰਨਾ ਪਊਗਾ, ਇੱਕ ਲਾਈਨ ਚ ਖਲੋ ਕੇ ਕਰਨਾ ਪਊ, ਫਿਰ ਤਾਂ ਸਭ ਕੁਛ ਹੋ ਜਾਊਗਾ। ਜੇ ਨਹੀਂ ਉਹਨਾਂ ਚਿਰ ਕਿਸੇ ਨੀ ਚੁੱਕਣਾ, ਕਿਸੇ ਨੇ ਤਖਤੀ ਚੁੱਕਣੀ, ਕਿਸੇ ਨੇ ਕੁਛ ਨੀ ਕਰਨਾ। ਬਾਕੀ ਇਹ ਗੱਲ ਪੰਜਾਬ ਦੇ ਖਜ਼ਾਨੇ ਦੀ ਗੱਲ, ਕਿਹਨੇ ਨੇ ਪੰਜਾਬ ਨੂੰ ਲੁੱਟਿਆ? ਹਜ਼ਾਰਾਂ ਸਾਲਾਂ ਤੋਂ ਪੰਜਾਬ ਨੂੰ ਲੁੱਟਿਆ ਜਾਂਦਾ ਰਿਹਾ, ਅੱਜ ਨਵੇਂ ਲੁੱਟ ਲੱਗੇ ਕਿਤੇ ਨੂੰ? ਲੇਕਿਨ ਇਹ ਤੁਹਾਡੇ ਵਰਗੇ ਜਾਗਦੀ ਜ਼ਮੀਰ ਵਾਲੇ ਲੋਕ ਬੈਠੇ ਨੇ ਜਿਹੜੇ ਪੰਜਾਬ ਪ੍ਰਤੀ ਚਿੰਤਤ ਨੇ, ਤੁਹਾਡਾ ਧੰਨਵਾਦ। ਤੁਸੀਂ ਵਿਦੇਸ਼ ਚ ਬੈਠੇ ਹੋ, ਕੈਨੇਡਾ ਚ ਬੈਠੇ ਹੋ, ਤੁਹਾਡਾ ਬਹੁਤ ਧੰਨਵਾਦ। ਤੁਸੀਂ ਦਰਦ ਰੱਖਦੇ ਹੋ ਆਪਣੇ ਪਿਛੋਕੜ ਦਾ ਜੀ। ਭਾਰਤੀ ਸਫੀਰ ਯੂਕੇ ਵਿੱਚ, ਉਹਨਾਂ ਨੂੰ ਘੇਰਨ ਦੀ ਸ਼੍ਰੋਮਣੀ ਕਮੇਟੀ ਹੈ, ਉਹਦੇ ਜਨਰਲ ਸਕੱਤਰ ਨੇ ਸਰਦਾਰ ਰਜਿੰਦਰ ਸਿੰਘ ਮਹਿਤਾ, ਹਾਂਜੀ ਮਹਿਤਾ ਅਤੇ ਚਾਵਲਾ, ਇਹ ਦੋਨੋਂ ਹੀ ਕਾਫੀ ਆਪਣੇ ਵੱਡੇ ਨਾਂ ਨੇ ਸਿੱਖੀ ਦੇ ਵਿੱਚ, ਹਾਂਜੀ ਉਹਨਾਂ ਨੇ ਨਿਖੇਧੀ ਕੀਤੀ ਇਹਦੀ। ਵੇਖੋ ਮਹਿਤਾ ਸਾਹਿਬ ਜਿਹੜੇ ਨੇ ਥੋੜੇ ਜਿਹੇ ਚੁੱਪ ਰਹਿਣ ਵਾਲੇ ਬੰਦੇ ਨੇ, ਜੇ ਕੋਈ ਵੱਧ ਘੱਟ ਵੀ ਉਹਦੇ ਚੁੱਪ ਕਰ ਆਪਣਾ ਗੁਜ਼ਾਰਾ ਕਰ ਲਓ ਕੋਈ ਗੱਲ। ਜਿਹੜੇ ਗਰੇਵਾਲ ਸਾਹਿਬ ਸੀਗੇ ਉਹ ਤਾਂ ਜੇ ਬਿਆਨ ਸਭਾ ਨੂੰ ਡਿੱਗਦਾ ਹੁੰਦਾ ਸੀ ਪਹਿਲੇ ਬੁੱਟ ਨੂੰ ਤਿਆਰ ਹੁੰਦੇ ਵੀ ਮੈਂ ਤੇ ਬਿਆਨ ਖਿਲਾਫ਼ ਕੀ ਦੇਣਾ। ਇਹਨਾਂ ਚ ਥੋੜੀ ਜਿਹੀ ਸਿਫਤ ਹੈ ਵੀ ਨਹੀਂ ਪਹਿਲਾਂ ਆ ਲੈਣ ਦਿਓ, ਕਰ ਲੈਣ ਦਿਓ, ਫਿਰ ਗੱਲ ਕਰਦੇ ਹਾਂ। ਉਹਨਾਂ ਨੇ ਤਰਨਜੀਤ ਸਿੰਘ ਜਿਹੜੇ ਸੰਧੂ ਨੇ ਉੱਥੇ ਯੂਕੇ ਜਿਹੜਾ USA ਦੇ ਸਾਡੇ ਸਫੀਰ ਨੇ, ਉਹਨਾਂ ਦੇ ਇੱਕ ਗੁਰਦੁਆਰਾ ਲੌਂਗ ਆਈਲੈਂਡ ਗੁਰਦੁਆਰੇ ਜਾਣ ਤੇ ਉੱਤੇ ਅਸੀਂ ਕੁਛ ਖਾਲਸਤਾਨੀ ਧੱਕਾ ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਦੇ ਸਾਥੀ ਨੇ ਰੋਕਤਾ ਪਈ ਹੱਥ ਨਹੀਂ ਲਾਉਣਾ, ਪਿੱਛੇ ਹੋ ਜਾਓ, ਜਿਹੜੀ ਗੱਲ ਕਰਨੀ ਮੂੰਹ ਨਾ ਕਰਨੀ। ਉਹ ਕਹਿੰਦੇ ਭਾਈ ਜੇ ਤੁਸੀਂ ਕੋਈ ਗੱਲ ਕਰਨੀ ਹੈ ਤੇ ਮੇਰੇ ਦਫ਼ਤਰ ਆ ਜਾਓ, ਆਪਾਂ ਬੈਠ ਕੇ ਕਰ ਲੈਂਦੇ ਗੱਲ, ਕੋਈ ਗੱਲ ਨੀ, ਜਿਹੜੀ ਵੀ ਗੱਲ ਹੋਗੀ ਆਪਾਂ ਮਸਲਾ ਹੱਲ ਕਰਾਂਗੇ ਕੋਈ ਨਾ ਕੋਈ। ਲੇਕਿਨ ਉਹ ਬੰਦੇ ਇੰਨੇ ਕੁ ਜ਼ਿਆਦਾ ਉਹ ਹੈਗੇ ਸੀ ਕਾਲੇ ਵੀ ਨਹੀਂ ਅਸੀਂ ਹੁਣੇ ਗੱਲ ਕਰਨੀ, ਅਸੀਂ ਇੱਥੇ ਗੱਲ ਕਰਨੀ ਹੈ। ਪਰ ਮੈਂ ਇੱਕ ਗੱਲ ਦੱਸ ਦਿਓ, ਤਰਨਜੀਤ ਸਿੰਘ ਸੰਧੂ ਤੇਜਾ ਸਿੰਘ ਸਮੁੰਦਰੀ ਦਾ ਪੋਤਰਾ ਵਾ। ਤੇਜਾ ਸਿੰਘ ਸਮੁੰਦਰੀ ਨੇ ਬਕਾਇਦਾ ਤੌਰ ਤੇ ਸ਼੍ਰੋਮਣੀ ਕਮੇਟੀ ਨੂੰ ਬਣਾਉਣ ਤੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਤੇ ਅਕਾਲੀ ਅਖਬਾਰ ਕੱਢਣ ਦੇ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਹੈ। ਲੰਮਾ ਸਮਾਂ ਜੇਲ੍ਹ ਵੀ ਕੱਟੀ ਆ ਤੇ ਜੇਲ੍ਹ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ, ਉਸ ਪਰਿਵਾਰ ਚੋਂ ਨੇ ਤਰਨਜੀਤ ਸਿੰਘ ਸੰਧੂ। ਦਰਬਾਰ ਸਾਹਿਬ ਤੇਜਾ ਸਿੰਘ ਸਮੁੰਦਰੀ ਹਾਲ ਹੈ, ਬਿਲਕੁਲ ਉਹਨਾਂ ਦੇ ਨਾਂ ਦੇ ਉੱਤੇ ਜਿਹੜਾ ਅੱਜ ਬਕਾਇਦਾ ਤੌਰ ਤੇ ਸ਼੍ਰੋਮਣੀ ਕੋਈ ਦਫ਼ਤਰ ਬਣਿਆ ਉਹ ਤੇਜਾ ਸਿੰਘ ਸਮੁੰਦਰੀ ਹਾਲ ਦਾ ਨਾਂ ਦਿੱਤਾ ਗਿਆ ਉਹਨੂੰ, ਜਿੱਥੇ ਉਹਨਾਂ ਦੇ ਦਫ਼ਤਰ ਵੀ ਲੱਗਦਾ ਤੇ ਉੱਪਰ ਇਜਲਾਸ ਵੀ। ਪਟੀ ਸਾਹਿਬ ਤੁਹਾਨੂੰ ਨੀ ਲੱਗਦਾ ਕਿ ਜਦੋਂ ਇਹੋ ਜਿਹਾ ਇੱਕ ਹਜੂਮ ਇਹੋ ਜਿਹਾ ਉਹਦੇ ਚੋਂ ਸਦਾ ਕਿ ਖਾਲਿਸਤਾਨੀ ਵੀ ਹੋਣ, ਖਾਲਸ ਦਾ ਮਤਲਬ ਪਿਓਰ ਸ਼ੁੱਧ ਖਾਲਿਸਤਾਨੀ ਵੀ ਹੋਣ, ਪਰ ਜਿਹੜੇ ਨਹੀਂ ਇੱਥੇ ਕਰਨੀ ਆ ਗੱਲ, ਉਹ ਵਿੱਚ ਕੁਛ ਭੈਟੀਏ ਵੀ ਹੋ ਸਕਦੇ ਆ ਕਿ ਇਹਨੂੰ ਹੁਣ ਆਪਾਂ ਤਾਰ ਪਿੰਡੋ ਕਿਵੇਂ ਕਰਨਾ, ਇਹ ਖਬਰ ਵੱਡੀ ਅੰਤਰਰਾਸ਼ਟਰੀ ਪੱਧਰ ਤੇ ਕਿਵੇਂ ਬਣੇ। ਬਿਲਕੁਲ ਬਿਲਕੁਲ ਠੀਕ ਹੈ ਤੁਸੀਂ, ਪਰ ਉਹਦਾ ਫਾਇਦਾ ਆਪਾਂ ਨੂੰ ਕੀ ਆ, ਨੁਕਸਾਨ ਹੋਇਆ। ਉਹਨਾਂ ਨੂੰ ਸਭ ਨੂੰ ਰੋਕਣਾ ਚਾਹੀਦਾ, ਤੁਸੀਂ ਗਲਤ ਕਰ ਰਹੇ ਹੋ ਹੁਣ ਇੱਕ ਪਾਸੇ ਤੇ ਉਹ ਲੋਕ ਵਿਰੋਧ ਕਰ ਰਹੇ, ਪਰ ਜਿਹੜਾ ਕਹੂਗਾ ਤੁਸੀਂ ਗਲਤ ਕਰ ਰਹੇ ਹੋ ਉਹਨਾਂ ਨੇ ਕਹਿਣਾ ਤੁਸੀਂ ਗਦਾਰ ਹੋ, ਤੁਸੀਂ ਵਿਕੀ ਹੋਏ, ਤੁਸੀਂ ਏਜੰਸੀਆਂ ਦੇ ਹੋ, ਤੁਸੀਂ ਦੇਸ਼ ਧਰੋਹੀ ਹੋ, ਤੁਸੀਂ ਐਂਟੀ ਹੋ, ਐਂਟੀ ਸਿੱਖ ਹੋ, ਉਹ ਉਧਰਲੇ ਪਾਸੇ ਹੋ ਜਾਂਦੇ ਆ। ਪਰ ਜੇ ਆਪਾਂ ਇਹੋ ਗੱਲ ਸੋਚਦੇ ਰਹੇ ਤੇ ਫਿਰ ਕੁਛ ਨੀ ਬਣ ਸਕਦਾ। ਬਸ ਡੈਫੀਨੇਟਲੀ, ਕਿਉਂਕਿ ਮੇਰਾ ਤੇ ਮੇਰੀ ਤੇ ਪਿੱਠ ਭਰੀ ਪਈ ਆ ਨਾ, ਮੈਂ ਤੁਹਾਨੂੰ ਪਹਿਲਾਂ ਕਹਿ ਤਾ ਸੱਚ ਬੋਲ ਦੋ, ਇੱਥੇ ਦੋ ਗੱਲਾਂ ਸੱਚੀਆਂ ਕਹਿ ਦੋ ਤੁਸੀਂ ਤੇ ਤੁਹਾਡੀਆਂ ਲੱਤਾਂ ਵੱਢਣ ਤੱਕ ਤੁਰ ਪੈਂਦੇ ਆ, ਐਡਾ ਬੰਦ ਕਰਾਉਣ ਤੋਂ ਗਲਾ ਘੁੱਟ ਦਿਓ, ਇਹਦਾ ਸਾਰਾ ਸਾਡੀ ਐਡਾ ਹੀ ਹੈ ਨਾ। ਨਸ਼ੇ ਦੇ ਸੌਦਾਗਰਾਂ ਦੇ ਖਿਲਾਫ਼ ਬੋਲ ਦਿਓ ਤਾਂ ਉਹਨਾਂ ਦੀ ਮੋਨੋਪੋਲੀ ਜ਼ਿਆਦੀ ਆ, ਉਹਨਾਂ ਕੋਲ ਪੈਸੇ ਜ਼ਿਆਦਾ ਨੇ, ਉਹ ਪਹਿਲਾਂ ਕੋਈ ਮਾੜਾ ਕੰਮ ਕਰਦਾ ਸੀਗਾ, ਮਾੜੀ ਹਰਕਤ ਕਰਦਾ ਹੁੰਦਾ ਸੀਗਾ ਤੇ ਉਹਨੂੰ ਕਹਿੰਦੇ ਹੁੰਦੇ ਸੀ ਯਾਰ ਇਹ ਕੋਈ ਦੂਰ ਰਹੋ, ਸਾਡੇ ਬੱਚੇ ਵਿਗੜ ਜਾਣਗੇ। ਅੱਜ ਜੇਕਰ ਉਹੋ ਜਿਹੀ ਕੋਈ ਹਰਕਤ ਕਰਦਾ ਕਹਿੰਦਾ ਤਾਂ ਸਾਡਾ ਮਿੱਤਰ ਆ, ਵੀ ਉਹਦਾ ਦਬਦਬਾ ਜ਼ਿਆਦਾ, ਉਹਦੀ ਜੁੱਤੀ ਤੇਜ਼ ਕਾਇਮ ਆ, ਅੱਜ ਅਸੀਂ ਉਹਦੇ ਨਾਲ ਹੁੱਬ ਹੁੱਬ ਕੇ ਫੋਟੋਆਂ ਖਿਚਾਉਂਦੇ ਤੇ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਸਾਦੇ ਹਾਂ, ਗੰਦੇ ਤੋਂ ਗੰਦੇ ਬੰਦੇ ਨੂੰ ਅਸੀਂ ਆਪਣੇ ਲਿਵਿੰਗ ਰੂਮ 'ਚ ਬਿਠਾ ਕੇ ਖੁਸ਼ ਹਾਂ ਧੀਆਂ ਦੇ ਨਾਲ। ਧੀਆਂ ਵੀ ਸੋਚਦੀਆਂ ਹੋਣਗੀਆਂ ਕਿ ਬਾਪੂ ਸਾਡਾ ਕਿਹਦੇ ਨਾਲ ਬੈਠਾ, ਧੀਆਂ ਨੂੰ ਵੀ ਪਤਾ ਹੁੰਦਾ, ਬੱਚਿਆਂ ਨੂੰ ਵੀ ਪਤਾ ਹੁੰਦਾ, ਅਸੀਂ ਇੰਨੇ ਗਿਰ ਚੁੱਕੇ ਹਾਂ ਕਿਰਦਾਰ ਦੇ, ਇੰਨੇ ਹਲਕੇ ਹੋ ਚੁੱਕੇ ਹਾਂ ਅਸੀਂ, ਇੰਨਾ ਸਾਡਾ ਜਿਹੜਾ ਵਾ ਉਹ ਹੁਣ ਉੱਥੇ ਆਪਾਂ ਗੱਲ ਵੀ ਤੇਜਾ ਸਿੰਘ ਸਮੁੰਦਰੀ ਹਾਲ, ਇਹਨਾਂ ਨੂੰ ਪਤਾ ਹੀ ਨਹੀਂ ਹੋਣਾ ਵੀ ਇਹ ਕੌਣ ਆ, ਤੁਸੀਂ ਦੱਸਤਾ ਪਿਛੋਕੜ, ਤੁਹਾਡਾ ਧੰਨਵਾਦ।
ਹੋਰ ਤਾਂ ਹੋਰ ਮੇਖਾ 99999999999 ਮਗਰ ਨਾ ਮਾਈਨਸ ਸ਼ੂਨਿਆ ਉਹਨੂੰ ਵੀ 99 ਕਰ ਲਓ ਸਾਡੇ ਦਰਸ਼ਕਾਂ ਸੋਤਿਆਂ ਨੂੰ ਨਹੀਂ ਪਤਾ ਹੋਣਾ ਵੀ ਇਹ ਕੌਣ ਨੇ ਜਿਨ੍ਹਾਂ ਦਾ ਵਿਰੋਧ ਹੋਇਆ ਹੋਰ ਦੱਸੋ ਬਿਲਕੁਲ ਬਿਲਕੁਲ ਠੀਕ ਕਰ ਰਹੇ ਤੁਸੀਂ ਏਡੀ ਵੱਡੀ ਸ਼ਖਸੀਅਤ ਆ ਖੈਰ ਐਨੀਵੇ ਆਖਰੀ ਇੱਕ ਦੋ ਮਿੰਟ ਨੇ ਲਾਰੈਂਸ ਜਿਹੜੀ ਬਿਸਨੋਈ ਚਰਚਾ ਦੇ ਵਿੱਚ ਹੈ ਗਿੱਪੀ ਗਰੇਵਾਲ ਦੇ ਘਰ ਦੇ ਉੱਤੇ ਅਟੈਕ ਹੋਣਾ ਵੇਖੋ ਜੀ ਸਿੰਗਰ ਆ ਚੜ੍ਹਾਈ ਕਰ ਗਿਆ ਚੜ੍ਹ ਗਿਆ ਪੂਰਾ ਮਤਲਬ ਚੜ੍ਹਾਈ ਹੋ ਗਈ ਉਹਦੀ ਚਾਰ ਪੈਸੇ ਆ ਗਏ ਨੇ ਉਹ ਸਲਮਾਨ ਖਾਨ ਨੂੰ ਮਿਲ ਗਿਆ ਜਾਂ ਇੰਡਸਟਰੀ ਦੇ ਵਿੱਚ ਉਹਦਾ ਤਾਂ ਮਿਲਣਗੇ ਨੂੰ ਤਾਂ ਹੋਣਾ ਹੀ ਰਹਿਣਾ ਕਿਸੇ ਨੂੰ ਤਾਂ ਹੱਥ ਮਿਲਾਉਣਾ ਹੀ ਉਹਨੇ ਕਿਸੇ ਨਾਲ ਬਹਿਣਾ ਵੀ ਆ ਕਿਸੇ ਨਾਲ ਖਲੋਣਾ ਵੀ ਆ ਤੁਹਾਡੀ ਸਲਮਾਨ ਖਾਨ ਦੇ ਨਾਲ ਆ ਹਨਾ ਉਸੇ ਹੀ ਸੰਦਰਭ ਦੇ ਵਿੱਚ ਉਹਨੂੰ ਟਾਰਗੇਟ ਕੀਤਾ ਗਿਆ ਉਹਨੇ ਵਿਚਾਰੇ ਨੇ ਬਿਆਨ ਵੀ ਦਿੱਤਾ ਸਾਡੇ ਸਟੂਡੀਓ 'ਚ ਆਏ ਬੜਾ ਭੋਲਾ ਮੁੰਡਾ ਬਹੁਤ ਨਾਈਸ ਮੁੰਡਾ ਬਹੁਤ ਡਾਊਨ ਟੂ ਅਰਥ ਹੈ ਕਿਉਂਕਿ ਅੱਜ ਦੀ ਹੀ ਅੱਜ ਦੇ ਤਾਂ ਨਹੀਂ 26 ਸਾਲ ਦਾ ਰੇਡੀਓ ਟੀ ਵੀ ਕਰਦੇ ਹਾਂ ਅਸੀਂ ਜਦੋਂ ਰੇਡੀਓ ਕਰਦੇ ਹੁੰਦੇ ਸਾਡੇ ਸਟੂਡੀਓ 'ਚ ਆਉਂਦੇ ਹੁੰਦੇ ਸੀ ਇਹ ਦਲਜੀਤ ਗਿੱਪੀ ਸਾਰੇ ਤਕਰੀਬਨ ਸਾਰੇ ਆਏ ਨੇ ਕੋਈ ਕਲਾਕਾਰ ਲੈ ਲਓ ਮਾਨਕ ਸਾਹਿਬ ਸਰਦੂਲ ਤੋਂ ਲੈ ਲਓ ਗੁਰਦਾਸ ਤੋਂ ਲੈ ਲਓ ਤੁਸੀਂ ਜਿਹੜਾ ਮਰਜ਼ੀ ਕਰ ਲਓ ਸਾਡੇ ਨਾਲ ਇਸ ਮਾਈਕ 'ਤੇ ਬੈਠ ਕੇ ਇੰਟਰਵਿਊ ਰੇਡੀਓ 'ਤੇ ਕੀਤੀਆਂ ਨੇ ਭਗਵੰਤ ਮਾਨ ਭਗਵੰਤ ਮਾਨ ਨੇ ਰੰਗਲਾ ਪੰਜਾਬ ਹੋਸਟ ਕੀਤਾ ਹੈ ਐਜ ਏ ਹੋਸਟ ਹੋਰ ਦੱਸੋ ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹ ਵਿੱਚ ਹੋਈਆਂ ਇੰਟਰਵਿਊਜ਼ ਨੂੰ ਲੈ ਕੇ ਹਾਈ ਕੋਰਟ ਨੇ ਏ ਡੀ ਜੀ ਪੀ ਨੂੰ 14 ਦਸੰਬਰ ਤੱਕ ਕੀਤਾ ਤਲਬ ਕੀ ਕਹਿਣਾ ਚਾਹੋਗੇ ਪਹਿਲੀ ਇੰਟਰਵਿਊ 14 ਮਾਰਚ 2023 ਨੂੰ ਆਉਂਦੀ ਹੈ ਜੀ 15 ਮਾਰਚ ਨੂੰ ਬਕਾਇਦਾ ਤੌਰ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਆ ਜੇਲ੍ਹਾਂ ਦਾ ਮਹਿਕਮਾ ਆਪਣੇ ਕੋਲ ਲੈਂਦੇ ਹਰਜੋਤ ਬੈਂਸ ਕੋਲ ਲੈ ਕੇ ਜੀ 16 ਮਾਰਚ ਨੂੰ ਬਕਾਇਦਾ ਤੌਰ ਤੇ ਸਾਡੇ ਡੀ ਜੀ ਪੀ ਸਾਹਿਬ ਪ੍ਰੈਸ ਨੂੰ ਕਰਦੇ ਆ ਵੀ ਇਹ ਇੰਟਰਵਿਊ ਸਾਡੇ ਨਹੀਂ ਕਿਸੇ ਬਾਹਰ ਦੇ ਸੂਬੇ ਦੀ ਜੇਲ੍ਹ ਚੋਂ 17 ਨੂੰ ਫਿਰ ਇੰਟਰਵਿਊ ਆਉਂਦੀ ਉਹਦੀ ਉਹੀ ਕੱਪੜੇ ਪਾਏ ਸਭ ਕੁਝ ਉਹੀ ਪਾਇਆ ਬਕਾਇਦਾ ਤੌਰ ਤੇ ਉਹ ਆਪਣੀ ਜੇ ਚੱਕੀ ਚ ਬੰਦ ਨੇ ਵਿਖਾਉਂਦਾ ਮੈਂ ਇੱਥੇ ਬੰਦਾ ਇਸ ਕੋਠੜੀ ਚ ਬੰਦਾ ਬਿਲਕੁਲ ਪੂਰੀ ਵਿਖਾਉਂਦਾ ਮੁੜ ਕੇ ਡੀ ਜੀ ਪੀ ਸਾਹਿਬ ਨੀ ਬੋਲਦੇ ਇੱਕ ਕਮੇਟੀ ਬਣਾ ਦਿੰਦੇ ਏ ਡੀ ਜੀ ਪੀ ਦੇ ਥੱਲੇ ਵੀ ਲਓ ਜੀ ਤੁਸੀਂ 15 ਦੀ ਰਿਪੋਰਟ ਦੇਣੀ ਹੈ ਤੇ 15 ਦਿਨਾਂ ਦੇ ਬਾਅਦ 8 ਮਹੀਨੇ ਬੀਤ ਜਾਂਦੇ ਨੇ ਹਾਈ ਕੋਰਟ ਚ ਇੱਕ ਪੀ ਆਈ ਐਲ ਪੈਂਦੀ ਹੈ ਹਾਈ ਕੋਰਟ ਤਲਬ ਕਰਦੀ ਵੀ ਦੱਸੋ ਇਹ ਮੋਬਾਈਲ ਕਿਵੇਂ ਅੰਦਰ ਜਾਂਦੇ ਤੇ ਇੰਟਰਵਿਊ ਕਿੱਥੋਂ ਦੀ ਆ ਉਹਦੇ ਉੱਤੇ ਏ ਡੀ ਜੀ ਪੀ ਸਾਹਿਬ ਆਪਣਾ ਐਫੀਡੇਵਿਟ ਭੇਜ ਦਿੰਦੇ ਆ ਜੀ ਇਹ ਇੰਟਰਵਿਊ ਦਾ ਪਤਾ ਲਗਾਉਣਾ ਸਾਡੇ ਲਈ ਇੰਨਾ ਸੌਖਾ ਨਹੀਂ ਸਾਨੂੰ ਸਮਾਂ ਹੋਰ ਦਿੱਤਾ ਜਾਵੇ ਉਹ ਕਹਿੰਦੇ ਬਿਲਕੁਲ ਨਹੀਂ 8 ਮਹੀਨੇ ਤੁਸੀਂ ਅੱਗੇ ਲੈ ਲਿਓ ਤੇ ਸਮਾਂ ਕੀ ਦਈਏ ਤੇ ਹੁਣ ਉਹਨਾਂ ਨੂੰ ਕਹਿਤਾ ਵੀ 14 ਨੂੰ ਆ ਕੇ ਤੁਸੀਂ ਪੇਸ਼ ਹੋ ਕੇ ਆਪਣੀ ਜਿਹੜੀ ਸੀ ਸਪਸ਼ਟੀਕਰਨ ਦਿਓ ਵੀ ਤੁਸੀਂ ਇਹ ਹੁਣ ਤੱਕ ਕੀਤਾ ਕਿ ਕੁਛ ਨੀ ਕੁਛ ਨੀ ਕਿਉਂ ਨੀ ਪਤਾ ਲੱਗਦਾ ਜਿੱਦਾਂ ਪੁਲਿਸ ਪੁੱਛਦੀ ਹੈ ਜੇ ਉੱਦਾਂ ਪੁੱਛੇ ਤੇ ਪਤਾ ਕੁਝ ਨੀ ਲੱਗਦਾ ਬਿਲਕੁਲ ਸਹੀ ਕਹਿ ਰਹੇ ਤੁਹਾਨੂੰ ਪਤਾ ਹੋਏਗਾ ਅਦਾਲਤ ਜਾ ਕੇ ਲਾਰੈਂਸ ਬਿਸ਼ਨੋਈ ਪੇਸ਼ ਹੁੰਦਾ ਤੇ ਇੰਪੋਰਟੈਂਟ ਕਾਲੀਆਂ ਐਨਕਾਂ ਲਾਈਆਂ ਤੇ ਗੱਲ 23,000 ਦੀ ਟੀ ਸ਼ਰਟ ਪਾਈ ਬਲਕੌਰ ਸਿੰਘ ਨੇ ਬਕਾਇਦਾ ਤੌਰ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਉੱਤੇ ਇਤਰਾਜ਼ ਜਤਾਇਆ ਸੀ ਵੀ ਸਾਡੇ ਮੇਰੇ ਪੁੱਤ ਦੇ ਕਾਤਲ ਤੇ ਇਸ ਵੇਲੇ ਜਿਹੜੇ ਹੀਰੋ ਬਣੇ ਨੇ ਪੁਲਿਸ ਹਿਰਾਸਤ ਦੇ ਵਿੱਚ ਵੀ ਆਈ ਪੀ ਨੇ ਅੰਮ੍ਰਿਤਸਰ ਦੀ ਪੇਸ਼ੀ ਸਮੇਂ ਜਦੋਂ ਪੁਲਿਸ ਡਿਊਟੀ ਲਾਈ ਗਈ ਉਦੋਂ ਵੀ ਆਈ ਪੀ ਡਿਊਟੀ ਦੇਖਿਆ ਗਿਆ ਸੀਗਾ ਜਿਹਦਾ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਨੋਟਿਸ ਲਿਆ ਸੀਗਾ ਤੇ ਫਿਰ ਬਾਕੀ ਕੀ ਰਹਿ ਗਿਆ ਬਿਲਕੁਲ ਸਹੀ ਹੈ ਜੀ ਤੁਹਾਡੇ ਸਾਹਮਣੇ ਸੁੱਖੀ ਰੰਧਾਵਾ ਨੇ ਕੀ ਕਿਹਾ ਸੀਗਾ ਉਹਨੇ ਕਿਹਾ ਸਾਨੂੰ ਏਜੰਸੀਆਂ ਵਾਲੇ ਕਹਿੰਦੇ ਇਹਨਾਂ ਕੋਲ ਮੋਬਾਈਲ ਵਾਪਸ ਨਹੀਂ ਲੈਣੇ ਤੁਸੀਂ ਇਹਨਾਂ ਦੇ ਮੋਬਾਈਲ ਤੋਂ ਸਾਨੂੰ ਕਈ ਪ੍ਰਕਾਰ ਦੀਆਂ ਇਨਪੁਟਸ ਮਿਲਦੀਆਂ ਨੇ ਹੁਣ ਆਪਣਾ ਸਮਾਂ ਖਤਮ ਹੋ ਗਿਆ ਗੱਲ ਲੰਮੀ ਹੋ ਕਰ ਸਕਦੇ ਸਨ ਬਹੁਤ ਸ਼ੁਕਰੀਆ ਇਸ ਕਰਕੇ ਦੇਖੋ ਏ ਡੀ ਜੀ ਪੀ ਸਾਹਿਬ ਜਾਂਦੇ ਕਿ ਨਹੀਂ ਜਾਂਦੇ ਥੈਂਕ ਯੂ ਵੈਰੀ ਮਚ ਸੋ ਨਾਈਸ ਸੋ ਥੈਂਕ ਯੂ ਸੀ ਜੀ ਮਾਰ 320 ਮੀਟਰ ਬੈਂਡ ਤੇ ਸੰਤ ਸਰਦਾਰ ਜਸਵੀਰ ਸਿੰਘ ਜੀ ਪੱਟੀ ਸਾਡਾ ਸਮਾਂ ਆਗਿਆ ਦਿਨ ਦੇ ਰਿਹਾ ਹੁਣ ਅਸੀਂ ਤਾਂ ਤੁਹਾਨੂੰ ਆਗਿਆ ਲਵਾਂਗੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ 9 ਤੋਂ 11 ਤੇ ਸ਼ਾਮ ਨੂੰ 8 ਤੋਂ 12 ਫਿਲਹਾਲ You're listening to CNN Toronto, Chawla News Network, Toronto.